ਸਤਿ ਸ਼੍ਰੀ ਅਕਾਲ ਦੋਸਤੋ। ਸੋ ਅੱਜ ਦਾ ਟੋਪਿਕ ਬੜਾ ਹੀ ਖਾਸ ਹੈਗਾ ਵਾ ਕਿ ਯੰਗ ਪ੍ਰੋਫਾਈਲ ਦਾ ਕੀ ਕੈਨੇਡਾ ਦਾ ਟੂਰਿਸਟ ਔਰ ਵਿਜ਼ਟਰ ਵੀਜ਼ਾ ਆ ਜਾਂਦਾ ਵਾ। ਪਹਿਲੇ ਤਾਂ ਇਹੀ ਕੁਐਸਚਨਿੰਗ ਹੈਗੀ ਆ। ਸੋ ਬਿਲਕੁਲ ਆਉਂਦਾ ਵਾ, ਕਿਉਂਕਿ ਕੋਈ ਵੀ ਵੀਜ਼ਾ ਵਾ ਕਿਸੇ ਵੀ ਪ੍ਰੋਫਾਈਲ ਨੂੰ ਮਨਾ ਨਹੀਂ ਕਰ ਸਕਦੇ। ਡਿਪੈਂਡ ਇਹ ਕਰਦਾ ਕਿ ਤੁਸੀਂ ਉਹਨੂੰ ਪ੍ਰੈਜੈਂਟ ਕਿੱਦਾਂ ਕਰ ਰਹੇ ਹੋ, ਕੀ ਤੁਸੀਂ ਅੰਬੈਸੀ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਉਹਨੂੰ ਫਿਲ ਕਰ ਰਹੇ ਹੋ। ਸੋ ਯੰਗ ਪ੍ਰੋਫਾਈਲ ਦੀ ਕੀ ਰਿਕੁਆਇਰਮੈਂਟਸ ਹੁੰਦੀ ਆ? ਦੇਖੋ, ਯੰਗ ਪ੍ਰੋਫਾਈਲਸ ਆਪਾਂ ਦੋ ਕੈਟਾਗਰੀਜ ਡਿਵਾਈਡ ਕਰ ਸਕਦੇ। ਇੱਕ ਉਹ ਕੈਟਾਗਰੀ ਜਿਹੜੀ ਕਿ ਪੇਰੈਂਟਸ 'ਤੇ ਡਿਪੈਂਡਡ ਹੁੰਦੀ ਆ, ਲਾਈਕ ਕੋਈ ਬੱਚੇ ਆ 15-16 ਈਅਰਸ ਦੇ ਹੈਗੇ ਆ ਜਾਂ ਉਹ ਤੋਂ ਘੱਟ ਏਜ ਦੇ ਹੈਗੇ ਆ, ਸਕੂਲ ਗੋਇੰਗ ਹੈਗੇ ਆ, ਤਾਂ ਉਹ ਪ੍ਰੋਫਾਈਲ। ਸੋ ਉਹ ਲੋਕਾਂ ਦੇ ਵੀ ਵੀਜ਼ਾਜ ਆਉਂਦੇ ਆ, ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਸਿਰਫ ਆਪਣਾ ਤੁਹਾਨੂੰ ਬੱਚੇ ਨੂੰ ਆਪਣਾ ਸਕੂਲ ਦਾ ਬੋਨਾਫਾਈਡ ਸਰਟੀਫਿਕੇਟ ਦਿਖਾਉਣਾ ਪੈਂਦਾ ਹੈ ਕਿ ਉਹ ਪੜ੍ਹ ਰਿਹਾ ਵਾ, ਐਂਡ ਤੁਸੀਂ ਆਪਣੀ ਫਾਈਲ ਲਗਾ ਸਕਦੇ ਹੋ। ਹੁਣ ਇਹਦੇ ਵਿੱਚ ਕੀ ਚੀਜ਼ ਦੇਖਣ ਵਾਲੀ ਹੁੰਦੀ ਆ? ਬੇਸਿਕਲੀ ਕੀ ਹੁੰਦਾ ਵਾ ਕਿ ਜਦੋਂ ਤੁਸੀਂ ਆਪਣੀ ਫੈਮਿਲੀ ਦੇ ਨਾਲ ਲਗਾ ਰਹੇ ਹੋ, ਬੱਚਿਆਂ ਦੇ ਨਾਲ ਲਗਾ ਰਹੇ ਹੋ, ਤਾਂ ਡਿਪੈਂਡ ਕਰਦਾ ਹੈ ਕਿ ਤੁਹਾਡਾ ਫਾਈਨੈਂਸ਼ੀਅਲ ਸਟੇਟਸ ਕੀ ਹੈਗਾ ਵਾ। ਕਿਉਂਕਿ ਦੇਖੋ, ਅਗਰ ਇੱਕ ਐਪਲੀਕੈਂਟ ਬੇਸਿਕ ਸਮਝੋ ਕਿ ਅਗਰ ਅਸੀਂ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਅਪਲਾਈ ਕਰ ਰਹੇ ਹਾਂ, ਤਾਂ ਅਸੀਂ ਅੰਬੈਸੀ ਨੂੰ ਕਿਉਂ ਫੰਡਸ ਦਿਖਾਉਂਦੇ ਹਾਂ? ਇਸ ਲਈ ਦਿਖਾਉਂਦੇ ਹਾਂ ਕਿ ਅਸੀਂ ਉਹਨੂੰ ਅਫੋਰਡ ਕਰ ਸਕਦੇ ਹਾਂ। ਸੋ ਜਿੰਨੀਆਂ ਐਪਲੀਕੇਸ਼ਨਸ ਹੋਣਗੀਆਂ ਉਹ ਹਿਸਾਬ ਨਾਲ ਫੰਡਿੰਗ ਦਿਖਾਓ, ਕਿਉਂਕਿ ਨੋਰਮਲ ਫੰਡਿੰਗ ਦਿਖਾਉਣ ਦਾ ਕੀ ਮੋਟਿਵ ਹੁੰਦਾ ਹੈ ਕਿ ਸਾਡੇ ਕੋਲ ਇੰਨੇ ਪੈਸੇ ਹੈਗੇ ਆ ਕਿ ਅਸੀਂ ਇੱਕ ਟੂਰ ਨੂੰ ਅਫੋਰਡ ਕਰ ਸਕਦੇ ਹਾਂ। ਸੋ ਅਗਰ ਤੁਹਾਡੇ ਦੋ ਬੱਚੇ ਆ, ਇੱਕ ਬੱਚਾ ਵਾ, ਉਹਦੇ ਅਕੋਰਡਿੰਗ ਤੁਸੀਂ ਫੰਡਿੰਗ ਦਿਖਾਓ। ਇਹ ਜਿਹੜਾ ਲੌਜਿਕ ਹੈਗਾ ਕਿ ਇੱਕ ਬੱਚੇ ਨੂੰ ਛੱਡ ਜਾਂਗੇ ਜੀ ਤਾਂ ਵੀਜ਼ਾ ਆ ਜਾਏਗਾ, ਜਾਂ ਬੱਚਿਆਂ ਦਾ ਅਪਲਾਈ ਨਹੀਂ ਕੀਤਾ ਤਾਂ ਸਾਡਾ ਕਰ ਦਿਉ ਤਾਂ ਵੀਜ਼ਾ ਆ ਜਾਏਗਾ, ਆਹ ਬਿਲਕੁਲ ਗੱਲ ਇੱਕ ਮਿੱਥ ਬਣਿਆ ਹੋਇਆ ਵਾ। ਬੇਸਿਕਸ ਨੂੰ ਸਮਝਿਆ ਕਰੋ। ਔਰ ਉਸ ਤੋਂ ਬਾਅਦ ਆ ਜਾਂਦੇ ਆ ਜਿਹੜੇ 18 ਤੋਂ ਅਬਵ ਏਜ ਦੇ ਹੈਗੇ ਆ। ਸੋ ਉਹਨਾਂ ਵਿੱਚ ਵੀ ਕੀ ਹੈ ਕਿ ਜਾਂ ਤਾਂ ਕਾਲਜ ਗੋਇੰਗ ਹੋਣੇ ਚਾਹੀਦੇ ਆ, ਉਹਨਾਂ ਦਾ ਪ੍ਰੋਪਰ ਕਾਲਜ ਦੀਆਂ ਰਿਸਿਪਟਸ ਲਗਾਓ, ਫੀਸ ਦੀਆਂ, ਉਹਨਾਂ ਦਾ ਬੋਨਾਫਾਈਡ ਸਰਟੀਫਿਕੇਟ ਲਗਾਓ, ਜਾਂ ਫਿਰ ਉਹਨਾਂ ਦਾ ਕੋਈ ਬਿਜ਼ਨਸ ਜਾਂ ਸੈਲਰੀ ਹੋਣੀ ਚਾਹੀਦੀ ਆ। ਦੇਖੋ, ਬੇਸਿਕ ਕੀ ਹੈਗਾ ਵਾ ਕਿ ਅੰਬੈਸੀ ਏਜ ਮੈਟਰ ਨਹੀਂ ਕਰਦੀ। ਮੈਟਰ ਕੀ ਕਰਦਾ ਕਿ ਕੀ ਤੁਸੀਂ ਇੱਕ ਟ੍ਰਿਪ ਨੂੰ ਅਫੋਰਡ ਕਰ ਸਕਦੇ ਹੋ, ਤੁਹਾਡਾ ਕੀ ਪ੍ਰੋਫਾਈਲ ਆ, ਔਰ ਤੁਸੀਂ ਵਾਪਸ ਕਿਉਂ ਆਓਗੇ। ਸੋ ਯੰਗ ਪ੍ਰੋਫਾਈਲ ਵਾਲੇ ਬਸ ਫ੍ਰੀ ਆਪਣੇ ਆਪ ਨੂੰ ਕਦੀ ਵੀ ਨਾ ਸ਼ੋਅ ਕਰੋ। ਸਿਰਫ ਜਿਹੜਾ ਫ੍ਰੀ ਹੈਗਾ ਉਹ ਰਿਟਾਇਰਡ ਪਰਸਨ ਕਰ ਸਕਦੇ ਆ, ਜਿਹੜੇ ਆਪਣੇ ਆਪਣੇ ਬੱਚਿਆਂ 'ਤੇ ਡਿਪੈਂਡ ਆ। ਅਦਰਵਾਈਜ਼ ਕੋਈ ਵੀ ਪ੍ਰੋਫਾਈਲ ਲਗਾ ਰਹੇ ਹੋ, ਕੋਈ ਵੀ ਏਜ ਦੀ ਪ੍ਰੋਫਾਈਲ ਲਗਾ ਰਹੇ ਹੋ, ਤੁਹਾਨੂੰ ਆਪਣਾ ਸੋਰਸ ਆਫ ਇਨਕਮ ਦਿਖਾਉਣਾ ਪਏਗਾ। ਇਨ ਯੰਗ ਪ੍ਰੋਫਾਈਲ ਦੇ ਵਿੱਚ ਆਈਦਰ ਤੁਸੀਂ ਪੜ੍ਹਦੇ ਹੋਣੇ ਚਾਹੀਦੇ ਹੋ, ਜਾਂ ਤੁਸੀਂ ਕੋਈ ਜੋਬ ਔਰ ਆਪਣਾ ਬਿਜ਼ਨਸ ਹੋਵੇ, ਜਾਂ ਪੇਰੈਂਟਸ ਦੇ ਨਾਲ ਪਾਰਟਨਰਸ਼ਿਪ ਡੀਡ ਹੋਣੀ ਚਾਹੀਦੀ। ਮਤਲਬ ਇੱਕ ਚੀਜ਼ ਸਮਝ ਲਓ, ਕੋਈ ਵੀ ਡਾਕੂਮੈਂਟ ਲਗਾਉਂਦੇ ਹੋ, ਕੋਈ ਵੀ ਆਪਣੀ ਐਕਸਪਲੇਨੇਸ਼ਨ ਦਿੰਦੇ ਹੋ ਕਿ ਸਪੋਜ਼ ਕਰੋ ਤੁਸੀਂ ਐਕਸਪਲੇਨ ਕਰਤਾ ਕਿ ਮੈਂ ਆਪਣੇ ਫਾਦਰ ਦੇ ਨਾਲ ਬਿਜ਼ਨਸ ਕਰਦਾ ਤਾਂ ਮੈਂ ਪਾਰਟਨਰਸ਼ਿਪ 'ਤੇ ਕਰਦਾ ਵਾਂ, ਤਾਂ ਉਹਦੀ ਤੁਹਾਡੀ ਪਾਰਟਨਰਸ਼ਿਪ ਡੀਡ ਹੋਣੀ ਚਾਹੀਦੀ ਹੈ, ਕਿੰਨਾ ਪਰਸੈਂਟ ਤੁਸੀਂ ਅਰਨ ਕਰਦੇ ਹੋ। ਬੇਸਿਕਸ ਲਗਾਇਆ ਕਰੋ ਸਾਰੇ। ਸੋ ਮੋਰ ਡਿਟੇਲਲੀ ਕਾਲ ਕਰ ਸਕਦੇ ਹੋ ਤਾਂ ਵੀਜ਼ਾ ਆਫਿਸ 90410-90410 'ਤੇ। ਸਾਡੀਆਂ 3 ਬ੍ਰਾਂਚਿਸ ਆ, ਜਲੰਧਰ, ਅੰਮ੍ਰਿਤਸਰ, ਲੁਧਿਆਣਾ। ਜਿਹੜੀ ਵੀ ਤੁਹਾਨੂੰ ਨੀਅਰ ਪੈਂਦੀ ਹੈ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।